ਰਾਜੇ ਖੇਲੇ ਦਾ ਅਣਖ ਦਬਾਉਂਦੀ ਜਿੱਤਾਂ ਵੀ ਦਾਵਾ ਇਹ ਆ ਕਮਾਲ ਹੋਈ ਪਈ ਆ ਤਾੜੀਆਂ ਬੰਦੀਆਂ ਮੁੰਡਿਆਂ ਦੇ ਲਈ ਲੈ ਵੀ ਗਰਾਊਂਡ ਨੰਬਰ 3 ਤੇ ਚੱਲ ਪਿਆ ਮੈਚ ਵੀਰੇ ਓਕੇ ਜੀ ਕੀ ਨਾਮ ਬੋਲਾਂ ਜੀ ਕਿਹਦੇ ਵੱਲੇ ਹੋ ਤੀਜੇ ਨੰਬਰ ਗਰਾਊਂਡ ਤੇ ਦਾਲੀਦਰ ਬਾਈ ਸੱਤ ਨਾਮ ਕਹਿ ਰਿਹਾ ਹੈ ਕੀਤੇ ਜਾ ਰਹੇ ਕੱਲੇ ਕੱਲੇ ਨੰਬਰ ਦਾ ਬਾਈ ਕਹਿੰਦੇ ਇੱਕ ਇੱਕ ਸੌ ਦੇਵਾਂਗੇ ਆਪਾਂ ਸੱਤ ਨਾਮ ਮਵੀ ਸਾਡਾ ਵੀਰ ਕਹਿੰਦਾ ਵੀ ਆਪਾਂ ਮਾਣ ਕਰ ਦਿਆਂਗੇ ਇੱਧਰ ਮਰਦੈਡੀ ਵਾਲਾ ਸੁਮਿਤ ਖੇਡਦਾ ਹੈ ਇਧਰਲੇ ਪਾਸੇ ਪਹਿਲੇ ਨੰਬਰ ਮੁੰਡਿਆਂ ਨੇ ਜੋੜ ਕੇ ਰਾਦੇ ਜਿਹੜੇ ਆਪਣੇ ਸਾਫ ਕਰ ਦਿੱਤੇ ਨੇ ਉਹ ਚੋਟੀ ਦਾ ਮੁਕਾਬਲਾ ਜਿਹੜਾ ਖੇਡ ਦੇ ਮੈਦਾਨ ਦੇ ਵਿੱਚ ਆਪਾਂ ਤੱਕ ਰਹੇ ਹਾਂ ਵੀ ਸਾਡੇ ਜਖਮਾਂ ਤੋਂ ਬਣ ਗਏ ਨਿਸ਼ਾਨ ਨਿਸ਼ਾਨਾਂ ਬਾਰੇ ਲੋਕ ਪੁੱਛਦੇ ਆ ਉਹ ਕਿਵੇਂ ਮੁਕਰੀ ਦਾ ਕਰਕੇ ਜਵਾਨ ਇਹ ਬੇਜਵਾਨੇ ਆਣ ਪੁੱਛਦੇ ਤੇ ਕੰਮ ਕਰਨਾ ਨਾ ਹੋਵੇ ਐਵੇਂ ਲਾਰਾ ਵੀ ਨੀ ਲਾਈਦਾ ਤੇ ਜਾਣ ਤੋਂ ਪਿਆਰੇ ਸੱਜਣਾਂ ਨੂੰ ਸਦਾ ਦਿਲ ਚ ਵਸਾਈਦਾ ਉਹ ਜਾਣ ਤੋਂ ਪਿਆਰੇ ਸੱਜਣਾਂ ਨੂੰ ਬਈ ਕਦੇ ਛੱਡ ਕੇ ਨੀ ਜਾਈਦਾ ਮਰਦੈਡੀ ਵਾਲਾ ਕਹਿੰਦੇ ਗੁੱਲੀ ਅਗਲੀ ਸਰਵਿਸ ਕਰ ਗਿਆ ਖੇਡ ਦੇ ਮੈਦਾਨ ਚ ਨੰਬਰਦਾਰਾ ਕਰ ਗੱਲ ਉਹ ਗੱਲਾਂ ਵੱਡੀਆਂ ਮਾਣ ਤੇਰੇ ਵੱਡੇ ਹੋਏ ਹੈ ਉਹ ਨੰਬਰ ਕਹਿੰਦੇ ਇੱਕ ਹੋਰ ਜੋੜ ਗਏ ਮੁੰਡੇ ਮਰਦੈਡੀ ਵਾਲੇ ਲੈ ਵੀ ਕਹਿ ਲੂ ਕਿੰਨੇ ਕਿੰਨੇ ਹੋ ਗਏ ਦੱਸ ਮੇਰਾ ਵੀਰ ਉਧਰ ਦੋ ਤੇ ਇੱਧਰ ਚਾਰ ਦੋ ਤੇ ਕਹਿੰਦੇ ਚਾਰ ਦੀ ਟੱਕਰ ਹੈ ਖੇਡ ਦੇ ਮੈਦਾਨ ਦੇ ਵਿੱਚ ਜਿਹੜੀ ਖੇਡੀ ਜਾ ਰਹੀ ਹੈ ਨਾਲ ਹੀ ਇੱਧਰ ਸਾਹਿਲ ਕਹਿ ਰਿਹਾ ਵੀ ਸੁਮਿਤ ਦਾ ਹਰ ਇੱਕ ਨੰਬਰ 200 ਦਾ ਹੋਵੇਗਾ ਸਾਹਿਲ ਸ਼ਰਮਾ ਜੀ ਉਹ ਐਲਾਨ ਕਰਵਾਉਂਦੇ ਨੇ ਵੀ ਮਰਦੈਡੀ ਵਾਲਾ ਸੁਮਿਤ ਜਿੰਨੇ ਵੀ ਨੰਬਰ ਜੋੜਦਾ ਹੈ ਤਾਲ ਮਾਰ ਕੇ ਹਰ ਇੱਕ ਨੰਬਰ ਦਾ ਜਿਹੜਾ ਰੁਪਈਆ 200 ਦਿੱਤਾ ਜਾਊਗਾ ਏ ਸਾਹਮਣੇ ਦੋ ਤੇ ਚਾਰ ਪਈਏ ਵਾਲੀਆ ਉਹ ਤੈਨੂੰ ਜਿਹੜੇ ਕੰਮ ਨੂੰ ਮੁੰਡਿਆਂ ਨੇ ਸੱਦਿਆ ਤੇ ਉਹ ਕੰਮ ਕਰਕੇ ਦਿਖਾਉਣਾ ਪਊਗਾ ਤਿੰਨ ਹੋ ਗਏ ਲੈ ਵੀ ਮਰਦਾ ਹੇੜੀ ਵਾਲੇ ਕਿੰਨੇ ਕੁ ਜਾਣੇ ਆਏ ਹੋ ਤਾਰੀ ਦਾ ਮਾਰਦਾ ਜ਼ੋਰਦਾਰ ਅੰਗਰੇਜ਼ ਦੀ ਟੀਮ ਦੇ ਲਈ ਤਿੰਨ ਤੇ ਚਾਰ ਹੋ ਗਿਆ ਇੱਧਰ ਕਿਹੜਾ ਮੈਚ ਸੁਣਿਓ ਸ਼ਾਜਲੀ ਤੇ ਬੋਰਾਲ ਠੀਕ ਹੈ ਜੀ ਬਾਈ ਜੀ ਸ਼ਾਜਲੀ ਤੇ ਬੋੜਾਲ ਸਿਰਫ 2 ਮਿੰਟ ਦਾ ਸਮਾਂ ਜੇ ਮੈਚ ਸ਼ੁਰੂ ਕਰ ਲਿਆ ਤੇ ਸਹੀ ਹੈ ਬਾਈ ਤੇ ਨਹੀਂ ਵੀਰੇ ਕਮੇਟੀ ਵਾਲੇ ਵੀਰ ਕਹਿੰਦੇ ਵੀ ਦੋਨੋਂ ਟੀਮਾਂ ਨੂੰ ਘਗਾਰਾ ਦਾ ਘਰ ਕਰ ਦਿਆਂਗੇ ਜੀ ਬੇਨਤੀ ਹੈ ਮੇਰਾ ਵੀਰ ਬਣ ਕੇ ਆ ਜਾਓ ਇੱਧਰ ਗਰਾਊਂਡ ਨੰਬਰ 1 ਦੇ ਵਿੱਚ ਗੱਲਾਂ ਕਰੀ ਗੱਲ ਇੱਧਰ ਬਹੁਤ ਧੰਨਵਾਦ ਲੈ ਵੀ ਚਾਰ ਚਾਰ ਹੋ ਗਏ ਕਾਲੂ ਨੰਬਰ ਲੈ ਵੀ ਚਾਰ ਚਾਰ ਨੰਬਰ ਜਿਹੜੇ ਆ ਬਰਾਬਰ ਹੋ ਗਿਆ ਲੈ ਵੀ ਯੂਪੀ ਵਾਲੇ ਉਹ ਆ ਬਾਤਾਂ ਕਹਿੰਦੇ ਦੂਰ ਦੀਆਂ ਨੇ ਚਾਰ ਚਾਰ ਦੀ ਕਹਿੰਦੇ ਬਰਾਬਰੀ ਆ ਉਹ ਗਵਾਂਢੀ ਪਿੰਡਾਂ ਦੀ ਕਹਿੰਦੇ ਗੱਲਬਾਤ ਮੇਰੇ ਮਿੱਤਰੋ ਤੇ ਖੇਡ ਦੇ ਮੈਦਾਨ ਦੇ ਵਿੱਚ ਟੱਕਰ ਕਹਿੰਦੇ ਉਹ ਜਿਹੜੀ ਬੜੀ ਵੱਡੀ ਖੇਡੀ ਜਾ ਰਹੀ ਆ ਬਾਈ ਜੀ 2 ਨੰਬਰ 1 ਨੰਬਰ ਗਰਾਊਂਡ ਦੇ ਵਿੱਚ ਆਓ ਟੀਮਾਂ ਵੀਰੇ ਦੋਨੋਂ ਟੀਮਾਂ ਮੈਚ ਬਾਈ ਜੀ ਖੇਡਣਾ ਪਊਗਾ ਕਮੇਟੀ ਵਾਲੇ ਵੀਰ ਕਹਿ ਰਿਹਾ ਵੀ ਟੀਮ ਸਹੀ ਹੈ ਜੀ ਆਓ ਮੇਰਾ ਵੀਰ ਬਣ ਕੇ ਜਲਦੀ ਦੇ ਨਾਲ 1 ਨੰਬਰ ਗਰਾਊਂਡ ਦੇ ਵਿੱਚ ਮੈਚ ਆਪਾਂ ਸ਼ੁਰੂ ਕਰਾਵਾਂਗੇ ਬਾਈ ਬੇਨਤੀ ਹੈ ਉਧਰ ਦਾਨਿਸ਼ ਖੁਜਨਾਵਰ ਦੀ ਟੀਮ ਦਾ ਮੈਚ ਵੀ ਚੱਲ ਪਿਆ ਹੈ ਮਰਦੈਡੀ ਮੇਰੀ ਦੀ ਟੀਮ ਦੇ ਨਾਲ ਬਹੁਤ ਬਹੁਤ ਧੰਨਵਾਦ ਹੈ ਲਾਸਟ ਪ੍ਰੀ ਕੁਆਟਰ ਮੈਚ ਚੱਲ ਰਿਹਾ ਇਸ ਤੋਂ ਬਾਅਦ ਕੁਆਟਰ ਦੀਆਂ ਟਾਈਆਂ ਕੱਢੀਆਂ ਜਾਣਗੀਆਂ ਫਿਰ ਪਤਾ ਲੱਗਣਾ ਵੀ ਕਿਹੜੀਆਂ ਟੀਮਾਂ ਸੈਮੀ ਚ ਪਹੁੰਚਦੀਆਂ ਕਿਹੜੀਆਂ ਟੀਮਾਂ ਫਾਈਨਲ ਖੇਡਣਗੀਆਂ ਤੇ ਕਿਹੜੇ ਉਹ ਭਾਗਾਂ ਵਾਲੇ ਹੋਣਗੇ ਖਿਡਾਰੀ ਜਿੰਨਾ ਟੈਸਟ ਬਣ ਕੇ ਤੇ ਆ ਮੇਲੇ ਦੇ ਵਿੱਚ ਇਤਿਹਾਸ ਸਿਰਜ ਦੇਣਾ ਵੀਰੇ ਸ਼ਾਜਲੀ ਵਾਲੇ ਮੁੰਡੇ ਖੜੇ ਆ ਜੀ ਲਾਸਟ 1 ਮਿੰਟ ਆ ਬੋੜਾਲ ਦੀ ਟੀਮ ਦੇ ਕੋਲ ਆਓ ਮੇਰਾ ਵੀਰ ਬਣ ਕੇ ਯਾਰ ਮੈਚ ਆਪਾਂ ਸ਼ੁਰੂ ਕਰਵਾ ਦਈਏ ਟਾਪ ਦਾ ਮੁਕਾਬਲਾ ਖੇਡਿਆ ਜਾ ਰਿਹਾ ਲੈ ਦੀ ਸ਼ੁਰੂਆਤ ਹੋਈ ਹੈ ਹਾਲੇ ਤੇ
ਜੇ ਯਾਰ ਮੈਚ ਦੀ ਸ਼ੁਰੂਆਤ ਚੰਗੀ ਲੱਗੀ ਇੱਕ ਵਾਰੀ ਤਾੜੀ ਮਾਰ ਦੋ ਜ਼ੋਰਦਾਰ ਦੋਨੋਂ ਟੀਮਾਂ ਦੇ ਲਈ ਮੇਰੀ ਬੇਨਤੀ ਹੈ ਬਹੁਤ ਟੌਪ ਦਾ ਮੁਕਾਬਲਾ ਖੇਡਿਆ ਜਾ ਰਿਹਾ ਹਾਊਗੀ ਹਲੇ ਤਾਂ ਸ਼ੁਰੂਆਤਾਂ ਮਿੱਤਰਾ ਆਓ ਸਰੱਪ ਦੇ ਬਖਸ਼ੇ ਕਾਜ ਦੀਆਂ ਤੇ ਬੜੀਆਂ ਲੰਬੀਆਂ ਰਾਹਾਂ ਨੇ ਸਤਿੰਦਰ ਤੋਂ ਸਰਤਾਜ ਦੀਆਂ ਕੇ ਸਦਾ ਸਫ਼ਰ ਵਿੱਚ ਚੱਲਦੇ ਰਹਿਣਾ ਇਹੀ ਉਹ ਫਿਤਰਤ ਰਾਹੀ ਦੀ ਵੀ ਦੁਸ਼ਮਣ ਵੀ ਹੋਵੇ ਭਾਵੇਂ ਤੇ ਦਸਤਾਰ ਕਦੇ ਨੀ ਲਾਹੀ ਦੀ ਆਓ ਗੱਲਾਂ ਕਹਿੰਦੇ ਹੋਣਗੀਆਂ ਤੇ ਮੈਚ ਕਹਿੰਦੇ ਚੋਟੀ ਦਾ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਇਹ ਬੋਲਦੀ ਮੁੰਡਿਆਂ ਦੀ ਉਹ ਕਹਿੰਦੇ ਕਮਾਲ ਕਰੀ ਤੁਰੇ ਆਉਂਦੇ ਆ ਬਾਈ ਜੀ ਟੀਮਾਂ ਇੱਧਰ ਆਈਆਂ ਨੀ ਨੰਬਰਦਾਰਾ ਵੀਰ ਬਣ ਕੇ ਇੱਧਰ ਮੈਚ ਸ਼ੁਰੂ ਕਰਾ ਦਈਏ ਗਰਾਊਂਡ ਨੰਬਰ ਇੱਕ ਵਿਹਲਾ ਪਿਆ ਤਿੰਨ ਤੇ ਵੀ ਮੈਚ ਚੱਲ ਪਿਆ ਜੀ ਔਰ ਮੈਚ ਇਹ ਵੀ ਬਹੁਤ ਟੌਪ ਦਾ ਖੇਡਿਆ ਜਾਊਗਾ ਸ਼ਾਜਲੀ ਤੇ ਬੋੜਾ ਦੋਨੋਂ ਬਰਾਬਰ ਦੀਆਂ ਟੀਮਾਂ ਯਾਰ ਖੇਡੋ ਨਾ ਵੀਰ ਬਣ ਕੇ ਕਿਹੜੀ ਗੱਲ ਦੀ ਘਾਟ ਆ ਬਾਈ ਆਓ ਯਾਰ ਕਾਲੂ ਕਿੰਨੇ ਹੋ ਗਏ ਚਾਰ 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 ਬਰਾਬਰ ਹੈ ਜੀ ਕਿਆ ਬਾਤ ਹੈ ਲੈ ਵੀ ਚਾਰ ਚਾਰ ਨੰਬਰ ਆ ਦੋਨੋਂ ਟੀਮਾਂ ਦੇ ਵੀ ਚਾਰ ਚਾਰ ਬਿਲਕੁਲ ਬਰਾਬਰੀ ਦੇ ਮੁਕਾਬਲਾ ਖੇਡਿਆ ਜਾ ਰਿਹਾ ਸ਼ਾਜਲੀ ਦੀ ਟੀਮ ਖੜੀ ਹੈ ਬਈ ਆਓ ਯਾਰ ਭੱਜ ਕੇ ਪੰਜ ਦੇ ਕਹਿੰਦੇ ਚਾਰ ਦੀ ਟੱਕਰ ਖੇਡ ਦੇ ਮੈਦਾਨ ਦੇ ਵਿੱਚ ਜਿਹੜੀ ਖੇਡੀ ਜਾ ਰਹੀ ਹੈ ਲੈ ਵੀ ਸੱਤੀ ਬਾਈ ਇੱਧਰ ਭੇਜੋ ਨਾ ਟੀਮਾਂ ਯਾਰ ਦੱਸੋ ਕੀ ਡਿਸੀਜਨ ਆ ਯਾਰ ਬਾਈ ਬਣ ਕੇ ਸਮਾਂ ਬਹੁਤ ਲੱਗ ਰਿਹਾ ਨਾ ਨੰਬਰਦਾਰ ਵਾਲੇ ਪ੍ਰੀ ਕੁਆਟਰ ਚੱਲਦੇ ਆ ਕੁਆਟਰ ਇਸ ਤੋਂ ਬਾਅਦ ਚੱਲਣਗੇ ਆਓ ਮੇਰਾ ਵੀਰ ਬਣ ਕੇ ਆਇਆ ਆਇਆ ਤਾਰਾ ਸਟਾਰ ਆਇਆ ਹਰਮਨ ਹੈਲੋ ਬੰਦੀਪ ਸਾਈਡਾਂ ਹੋ ਗਈਆਂ ਚੇਂਜ ਦਰਕ ਨਹੀਂ ਠੀਕ ਹੈ ਜੀ ਹੋਰ ਦੱਸੀ ਮੇਰਾ ਵੀਰ ਕਿੰਨੇ ਕਹਿੰਦੇ ਹੋਗੇ ਬਿੰਦ ਦੀ ਕਿੰਨੇ ਪੁਆਇੰਟ ਆ ਵੱਡੇ ਬਾਈ ਦੋ ਤੇ ਪੰਜ ਠੀਕ ਹੈ ਜੀ ਲੈ ਵੀ ਦੋ ਨੰਬਰ ਉਧਰਲੇ ਪਾਸੇ ਮਰਦਾ ਦੀ ਬੀਪੀ ਟੀਮ ਦੇ ਆ ਤਿੰਨ ਹੋ ਗਏ ਤੇ ਪੰਜ ਨੰਬਰ ਜਿਹੜੇ ਖਜਨਾਵਰ ਦਾਨਿਸ਼ ਦੀ ਟੀਮ ਦੇ ਆ ਖਜਨਾਵਰ ਵਾਲਾ ਕੀਤਾ ਖੇਡਦਾ ਹੈ
ਔਰ ਇਧਰਲੇ ਪਾਸੇ ਕਹਿੰਦੇ ਗਾਂਧੀ ਨੇ ਕਮਾਂਡ ਕਰ ਦਿੱਤੀ, ਇੱਕ ਹੋਰ ਸਫਲਤਾ ਜੋੜ ਦਿੱਤੀ ਆਪਣੀ ਟੀਮ ਦੇ ਲਈ ਹੈ। ਸੋਹਣਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਤੇ ਸਾਰੇ ਦੇ ਸਾਰੇ ਮਰਦੈਡੀ ਵਾਲੇ ਮੁੰਡੇ ਕਹਿੰਦੇ ਇਕੱਠੇ ਕਰਕੇ ਖਿਲਾਰ ਦਿੱਤੇ ਆ ਚੋਬਰਾਂ ਨੇ। ਬਹੁਤ ਸੋਹਣਾ ਮੁਕਾਬਲਾ ਜਿਹੜਾ ਚੱਲਦਾ ਪਿਆ ਹੈ, ਹਾਲੇ ਸ਼ੁਰੂਆਤ ਹੋਈ ਹੈ। ਪੁਆਇੰਟ 5-4 ਨੇ ਮੇਰੇ ਖਿਆਲ ਚ ਗੋਲਡੀ ਵੀਰੇ, 6-4 ਛੇ ਉਧਰ ਮਰਦਾ ਹੀ, 6 ਸ਼ਾਸਤਰੀ 4 ਮਰਦਾ ਹੀ ਗੋਲਡੀ, 7 ਹੋ ਗਈ, 7-4 ਹੋ ਗਏ। ਵਧੀਆ ਵਧੀਆ ਗੋਲਡੀ, ਤੂੰ ਸੁਣਾ ਕੀ ਹਾਲ ਨੇ, ਬੜੇ ਦਿਨਾਂ ਬਾਅਦ ਦਰਸ਼ਨ ਦਿੱਤੇ ਅੱਜ। ਓ ਗੋਡ ਮੁੰਡਿਆ ਤੇਰੇ ਯਾਰ, ਯੁੱਧ ਵੀਰ ਖੇਡ ਲਓ ਮੇਰਾ ਵੀਰ ਯਾਰ, ਯੁੱਧ ਵੀਰ ਇਹ ਤਾਂ ਹੈਗਾ ਗੋਲਡੀ, ਬਿਲਕੁਲ ਬਿਲਕੁਲ ਲਵੀ ਤਾਰੇ ਮਿਲੀ ਹੋਣਾ ਇੱਕ ਮੇਰਾ ਵੀਰ। ਲਵੀ ਤਾਰੇ ਕਰੀ ਗੱਲ ਮੇਰਾ ਵੀਰ, ਬਾਈ ਆਉਣਾ ਇੱਥੇ ਇੱਕ ਤੇ ਮੈਰ ਖੇਡੋ ਮੇਰਾ ਵੀਰ। ਵਧੀਆ ਵਧੀਆ ਗੋਲਡੀ, ਕਿਰਪਾ ਪਰਮਾਤਮਾ ਦੀ ਵੀਰੇ, ਵਧੀਆ ਚੱਲੀ ਜਾਂਦਾ। ਲਵੀ ਵੱਡੇ ਵੀਰ ਖੇਡੋ ਮੈਚ, ਸੋਹਣੀ ਨੰਬਰ ਕਿੰਨੇ ਕਿੰਨੇ ਹੋ ਗਏ ਦੱਸੀ ਇੱਕ ਵਾਰੀ ਮੇਰਾ ਵੀਰ। ਕਾਲੂ ਕਿੰਨੇ ਹੋ ਗਏ? 7-4 8-4 8 ਕਿੱਧਰ ਹੈ ਜੀ? ਇੱਧਰ 8 ਨੰਬਰ ਨੇ ਜੀ। ਲਵੀ 4 ਕਿੱਧਰ ਆ? ਬਰਦੈਡੀ ਦੀ ਟੀਮ ਦੇ, ਠੀਕ ਹੈ ਜੀ। ਤੇ ਇੱਧਰ ਨੰਬਰ ਕਿੰਨੇ ਆ ਜੀ? 8, ਵਾਹ ਜੀ ਵਾਹ, 4 ਤੇ 8 ਦੀ ਟੱਕਰ ਆ, ਬਹੁਤ ਤਕੜਾ ਕਹਿੰਦੇ ਮੈਚ ਖੇਡਦੇ ਮੈਦਾਨ ਦੇ ਵਿੱਚ ਆਓ ਖੇਡਿਆ ਜਾ ਰਿਹਾ ਵੀ ਬੱਲੀਏ ਬਣਾਂਗੇ ਝਾਂਜਰ ਤੇਰੀ ਨਾਲ ਨਾਲ ਤੇਰੇ ਤੁਰਨਾ, ਆਓ ਜਾ ਮਿੱਤਰਾਂ ਨੇ ਕੋਕਾ ਬਣਨਾ ਤੇ ਜਾ ਬਣ ਜਾਣਾ ਸੁਰਮਾ ਤੇ ਨਹੀਂ ਤੇ ਪੱਕੇ ਬਣ ਜਾਂਗੇ, ਆਓ ਗੱਲ ਦੀ ਗਾਡੀ ਦੇ ਤੇਰੇ ਬਣ ਕੇ ਵੀ ਹੁਣ ਤੈਨੂੰ ਟੱਕਰਾਂਗੇ ਸੱਜਰੇ ਸ਼ਰੀਕ ਤੇਰੇ ਬਣ ਕੇ। ਇੱਧਰ ਭਰਾ ਸਾਡੇ ਸ਼ਾਹਪੁਰ ਵਾਲੇ ਯਾਰਾਂ ਦੇ ਯਾਰ ਆ, ਉਹ ਪੁੱਜੇ ਹੋਏ ਬਾਈ ਗੁਰਦੀਪ ਹੁਣੇ, ਉਹ ਭਰਾ ਕਹਿੰਦੇ ਵੀ ਜੇ ਅੰਗਰੇਜ਼ ਸੱਤੇ ਦੇ ਹੱਥਾਂ ਤੇ ਬਾਲ ਖੜਾਵੇ ਜਾਂ ਸੱਤਾ ਅੰਗਰੇਜ਼ ਦੇ ਹੱਥਾਂ ਤੇ ਬਾਲ ਖੜਾਵੇ ਤਾਂ ਰੁਪਈਆ ਜਿਹੜਾ 500 ਦਿੱਤਾ ਜਾਣਾ
ਲੈ ਬਾਈ ਬੰਦਿਆਂ ਨੇ ਕੋਈ ਧਾਰ ਨਹੀਂ ਕੀਤਾ ਯਾਰ, ਤੇ 500 ਰੁਪਇਆ ਮੇਰੇ ਕੋਲ ਪੁੱਜਦਾ ਕਰ ਦਿੱਤਾ। ਬਹੁਤ ਵੱਡਾ ਧੰਨਵਾਦ ਆ ਭਰਾ ਸਾਡਿਆਂ ਦਾ। ਇੱਧਰ ਗੁਰਦੀਪ ਹੋਣੀ ਸਾਡੇ ਵੀਰ ਆ, ਤੇ ਉਹ ਕਹਿੰਦੇ ਵੀ ਆਪਾਂ ਵੱਡਾ ਮਾਣ ਕਰਨਾ, ਜੇ ਅੰਗਰੇਜ਼ ਸੱਤੇ ਦੇ ਹੱਥਾਂ ਤੇ ਬਾਲ ਲਾਉਂਦਾ, ਜਾਂ ਸੱਤਾ ਅੰਗਰੇਜ਼ ਦੇ ਹੱਥਾਂ ਤੇ ਬਾਲ ਲਾਉਂਦਾ। ਨਾਲ ਇੱਧਰੋਂ ਮੋਦੀ ਵਾਲੇ ਭਰਾ ਸਾਡੇ ਕਹਿੰਦੇ ਕਮੇਟੀ ਵਾਲੇ ਵੀਰ, ਜੇ ਸੱਤਾ ਸੁੱਕਾ ਟੱਪਾ ਪਵਾਰੇ ਤੇ ਇਹਨਾਂ ਹੱਥਾਂ ਤੇ ਬਾਲ ਖੜਾ ਰਹੇ ਕਿਸੇ ਵੀ ਚੋਬਰ ਦੇ, ਤੇ ਪਤਾ ਲੱਗੇ ਵੀ ਬਾਲ ਲੱਗੀ, ਤੇ ਲੈ ਵੀ ਸੱਤਿਆ ਤੈਨੂੰ 500 ਦੇ ਵੱਡੇ ਮਾਣ ਕਰਨੇ ਵੀਰ ਸਾਡੇ ਕਹਿੰਦੇ ਆ। ਆਓ ਗੱਲਾਂ ਦੇ ਹੋੜ ਗਈਆਂ, ਨੰਬਰ ਹੁਣ ਕੌਣ ਆਓ ਜੋੜੂ ਆਪਣੀ ਟੀਮ ਦੇ ਲਈ, ਆਓ ਬੱਲੇ ਬੱਲੇ ਹੋਈ ਪਈ ਆ, ਤੇ ਗੱਲ ਬਾਤ ਕਹਿੰਦੇ ਵੱਡੀ ਆ। ਲੈ ਵੀ ਯੂਪੀ ਵਾਲਿਆ ਆਓ ਬਈ ਵਾਲਿਆ ਤੇ ਚੜ ਚੜ ਆਉਂਦਾ, ਤੇ ਗੱਲ ਕਹਿੰਦੇ ਵੱਡੀ ਆ ਬਈ ਵਾਲ ਦੇ ਚੌਂਟੀ ਦੀ ਵੀ। ਮੁੰਡਾ ਕਹਿੰਦੇ ਥਿੰਦ ਪਰਿਵਾਰ ਦਾ, ਮਨਦੀਪ ਸਿੰਘ ਪੂਰਾ ਨਾਮ ਹੈ ਮੁੰਡੇ ਦਾ, ਤੇ ਗੱਲਾਂ ਹੋਰ ਗਈਆਂ। ਆਓ ਅਗਲਾ ਨੰਬਰ ਹੁਣ ਕੌਣ ਖੇਡ ਦੇ ਮੈਦਾਨ ਦੇ ਵਿੱਚ ਜੋੜ ਕੇ ਕਰਾਉਂਦਾ ਮੇਰੇ ਮਿੱਤਰੋ ਬੱਲੇ ਬੱਲੇ। ਆਓ ਕਹਿੰਦੇ ਬਾਤਾਂ ਤੇ ਮਿੱਤਰਾਂ ਸਮੇਂ ਦੀਆਂ ਪੈਣਗੀਆਂ। ਇੱਧਰ ਮਰਦੇੜੀ ਵਾਲਾ ਖੁੱਲੀ, ਜੇ ਕਿਸੇ ਵੀ ਪਲੇਅਰ ਦੇ ਹੱਥ ਕਰਾਉਂਦਾ ਤੇ ਭਰਾ ਕਹਿੰਦੇ ਆਪਾਂ 500 ਰੁਪਇਆ ਦੇ ਦਿਆਂਗੇ। ਇੱਧਰ ਮੇਰੇ ਮਿੱਤਰੋ ਯੁੱਧ ਵੀਰ ਖੇਡੋ ਮੈਚ ਸੋਹਣੇ ਵੀਰ, ਹੁਣ ਤੇ ਕਰ ਲੋ ਮੈਚ ਸ਼ੁਰੂ ਯਾਰ। ਵਾਹ ਸਾਰੇ ਤੇ ਸੌਦੇ ਤਕਦੀਰਾਂ ਦੇ। ਲਓ ਸਾਹਮਣੇ ਜਿਹੜਾ ਟਾਪ ਦਾ ਮੈਚ ਜਿਹੜਾ ਖੇਡਿਆ ਜਾ ਰਿਹਾ, ਉਹ ਸਾਡੇ ਵੀਰ ਸੱਦਾ ਪੱਤਰ ਲਾ ਰਹੇ ਆ ਸ਼ਾਹਪੁਰੀ ਭਰਾ ਸਾਡੇ ਬਾਈ ਗੁਰਦੀਪ ਵਰਗੇ ਖੜੇ, ਤੇ ਬਾਈ ਕਹਿੰਦੇ ਵੀ ਆਪਣੇ ਪਿੰਡ ਮੇਲਾ ਹੈ ਔਰ 4 ਤਰੀਕ ਨੂੰ ਆਪਾਂ ਰੌਣਕਾਂ ਲਾਵਾਂਗੇ। ਬਹੁਤ ਵੱਡਾ ਧੰਨਵਾਦ। 2 ਤਰੀਕ ਬਮਾਲ ਦੇ ਮੇਲੇ ਦੀ, 30 ਤਰੀਕ ਜਿਹੜੀ ਕੱਕੜਾਲ ਦੇ ਖੇਡ ਮੇਲੇ ਦੀ ਹੋਣੀ ਹੈ। ਹਰ ਚਰਚੇ ਫੱਡਿਆ ਮੇਰੇ ਮਿੱਤਰੋ, ਆਹ ਖੇਡ ਗਰਾਊਂਡਾਂ ਦੇ ਆਹ ਖਿਡਾਰੀ ਕਹਿੰਦੇ ਅੱਜ ਸ਼ਿਕਾਰ ਬਣੇ ਹੋਏ ਆ, ਮੇਲਾ ਭਰ ਜੁਮਣ ਦਿੱਤੇ ਆ। ਹਰਮਨ ਕਹਿੰਦਾ ਜੇ ਸੱਤਾ ਜੌਂਟੀ ਦੇ ਬਾਲ ਲਾਉਂਦਾ ਤਾਂ 500 ਦੇ ਦਾਂਗੇ। ਉਧਰ ਹਰਮਨ ਨੋਟਬੰਦੀ ਵਾਲਾ ਕਹਿ ਰਿਹਾ ਵੀ ਜੇ ਸੱਤਾ ਜੁੰਟੀ ਦੇ ਹੱਥਾਂ ਤੇ ਬਾਲ ਲਾ ਦੇਵੇ ਤੇ ਰੁਪਈਆ 500 ਦਿੱਤਾ ਜਾਵੇਗਾ। ਵੱਡੇ ਮਾਨ ਸਨਮਾਨ ਜਿਹੜੇ ਉਹ ਕੀਤੇ ਜਾਣਗੇ। ਲੈ ਜੀ ਕਾਲੂ ਕਿੰਨੇ ਹੋ ਗਏ ਸਕੋਰ ਬਾਈ? 4-8 ਹੈ, 4-8 ਅੱਧ ਅੱਧ ਦਾ ਫਰਕ ਆ ਬਈ ਵਾਲੀਆ ਜੁੰਟੀ ਸੈਂਟਰ ਚ ਕਰਤਾ ਮੁੰਡਿਆਂ ਨੇ। ਉਧਰ ਗਰਾਊਂਡ ਨੰਬਰ 3 ਤੇ ਵੀ ਮੈਚ ਤੇ ਬਹੁਤ ਸੋਹਣਾ ਇਹ ਬੱਲੇ ਬੱਲੇ ਹੋ ਗਈ ਆ 4-5 ਹੋਣੇ, ਆਪ ਨੀ ਹੋਣੇ ਬਾਈ, ਕਰਨੇ ਪੈਣਗੇ ਜ਼ੋਰ ਤੇ ਜੁੰਟੀ ਲਾਉਣਾ ਪਊਗਾ, ਪਤਾ ਫੇਰ ਲੱਗੂਗਾ। ਆਓ ਵੀ ਕਿਹਦਿਆਂ ਡੌਲਿਆ ਪੱਟਾਂ ਦੇ ਵਿੱਚ ਕਿੰਨੀ ਕੁ ਜਾਣ ਆ, ਕਿਹਦੀ ਕਿੰਨੀ ਕੁ ਮਿਹਨਤ ਆ ਗਰਾਊਂਡਾਂ ਦੀ। ਇਹ ਸਾਹਮਣੇ ਨੰਬਰ ਮੇਰੇ ਮਿੱਤਰੋ 4-5 ਹੁੰਦੇ ਆ ਜਾਂ ਨਹੀਂ ਸਰਵਿਸ ਚੇਂਜ ਹੋਵੇਗੀ, ਗੱਲ ਕਹਿੰਦੇ ਮੇਰੇ ਮਿੱਤਰੋ ਥੋੜੇ ਕੁ ਸਮੇਂ ਨੂੰ ਪਤਾ ਲੱਗ ਜਾਣੀ ਹੈ। ਬਾਈ ਜੀ ਇੱਧਰ ਸ਼ੁਰੂ ਕਰਾਓ ਯਾਰ, ਮੈਂ ਜੇ ਤਕਰੀਬਨ ਘੰਟਾ ਹੋ ਗਿਆ ਗਰਾਊਂਡ ਵੀ ਲਾ ਪਿਆ, ਜਾਂ ਕੋਈ ਕਮੇਟੀ ਵਾਲੇ ਵੀਰਾਂ ਨੂੰ ਬੇਨਤੀ ਆ ਕੋਈ ਡਿਸੀਜਨ ਲਓ। ਆਹ ਗੱਭਰੂ ਦੇ ਚਰਚੇ ਹੁੰਦੇ ਆ, ਐਵੇਂ ਨੀ ਜੱਟ ਦੀ ਅੱਤ ਦੀ ਚੜਾਈ
ਤੇ ਚੜਾਈ ਕਿਸੇ ਗੱਲ ਨਾਲ ਹੀ ਹੈ, ਚੜਾਈ ਕਿਸੇ ਗੱਲ ਨਾਲ ਹੀ ਹੈ। ਲਵ ਜੋਗਣ ਲਵ ਇੰਨਾ ਟਾਈਮ ਤੇ ਗੱਲ ਨੀ ਬਣਨੀ ਤਾਰੇ, ਕੋਈ ਨਾ ਕੋਈ ਡਿਸੀਜਨ ਤੇ ਲੈਣਾ ਹੀ ਪੈਣਾ। ਹੁਣ ਮੇਰਾ ਵੀਰ ਕਮੈਂਟੀ ਵਾਲੇ ਵੀਰ ਵਾਰ ਵਾਰ ਕਹੀ ਜਾਂਦੇ ਤੇ ਦੱਸੋ ਮੇਰਾ ਵੀਰ ਹੁਣ ਖੜ ਦਿਓ ਮੇਰਾ ਵੀਰ, ਹੁਣ ਕਹਿ ਤੇ ਦਿੱਤਾ ਬਾਈ ਆਪਾਂ ਦੇ ਪੀਤਾ ਵਾਲੀਵਾਲ ਦਾ ਸਮਾਰਟ ਬੋਏ ਉਹ ਵੀ ਆ ਗਿਆ ਲਾਈ ਤੇ, ਬਹੁਤ ਬਹੁਤ ਧੰਨਵਾਦ ਹੈ। ਨਵੀਂ 5-8 ਮੈਨੂੰ ਲੱਗਦਾ ਕਾਲੂ 5-8 ਆ ਜੀ, 17 ਪੁਆਇੰਟਾਂ ਦੀ ਖੇਡ ਆ। 5 ਨੰਬਰ ਮਰਦਾ ਖੇੜੀ ਅੰਗਰੇਜ਼ ਦੀ ਟੀਮ ਦੇ ਜੀ, ਤੇ 8 ਨੰਬਰ ਜਿਹੜੇ ਯੂਪੀ ਸ਼ਾਂਤਰੀ ਦੀ ਟੀਮ ਦੇ ਨੇ। 5-8 ਤਿੰਨਾਂ ਪੁਆਇੰਟਾਂ ਦਾ ਫਰਕ ਹੈ। ਉਧਰ ਮੈਨੂੰ ਲੱਗਦਾ ਵੀ ਸਾਈਡਾਂ ਚੇਂਜ ਹੋ ਗਈਆਂ। ਦਾਨਿਸ਼ ਹੋਣੀ ਭਰਾ ਸਾਡੇ ਪਹੁੰਚੇ ਹੋਏ ਜਿਹੜੇ ਇਸ ਖੇਡ ਟੂਰਨਾਮੈਂਟ ਨੂੰ ਖੇਡਣ ਦੇ ਲਈ। ਦੌਲਤਪੁਰ ਵਾਲਾ ਦਿੱਲਾ ਖੇਡਦਾ ਤੇ ਨਾਲ ਕਹਿੰਦੇ ਚੀਤੇ ਦਾ ਸਿੱਕਾ ਚੱਲਦਾ ਗਰਾਊਂਡਾਂ ਦੇ ਵਿੱਚ ਮੇਰੇ ਮਿੱਤਰੋ। ਮੁਕਾਬਲਾ ਉਧਰ ਵੀ ਪੂਰਾ ਪੈਂਦਾ ਪਾਣੀ ਵਾਲਾ ਵੀਰ, ਕਿਰਪਾ ਕਰਕੇ ਜਾਓ ਜੀ ਗਰਾਊਂਡ ਨੰਬਰ 3 ਦੇ ਵਿੱਚ ਜੀ, ਜਿਹੜਾ ਸਟੇਡੀਅਮ ਸੱਜੇ ਪਾਸੇ ਗਰਾਊਂਡ ਆ, ਮੈਚ ਰੁਕਿਆ ਹੋਇਆ ਬਾਈ, ਪਾਣੀ ਜ਼ਰੂਰ ਲੈ ਕੇ ਜਾਓ ਜੀ। ਕੋਈ ਨਾ ਕੱਲ ਨੂੰ ਭੇਜ ਦੇ ਆਪਾਂ, ਪਾਵਾਂਗੇ ਪੇਜ ਤੇ ਪਾਵਾਂਗੇ, ਪੀਤੇ ਮੈਨੂੰ ਭੇਜ ਦੇ, ਵਾਹ ਓਏ ਤੇਰੇ ਆਹਾ ਸੀ। ਵਧੀਆ ਵਧੀਆ ਰਿੱਕੀ ਵੀਰੇ ਕੀ ਹਾਲ ਨੇ, ਰਿੱਕੀ USA ਮਹਿਲਗੌਰ ਦਾ ਹੈਲੋ ਨੰਬਰਦਾਰ, ਜੇਤੂ ਰੱਖ ਕੇ ਮੇਰਾ ਵੀਰ ਬਣ ਕੇ ਕੁਆਟਰ ਦੀਆਂ ਟਾਈਆਂ ਕੱਢ ਦੋ, ਉਹਨਾਂ ਟਾਈਮ ਕੋਈ ਮੈਚ ਜੇ ਨਿਕਲਿਆ ਤਾਂ ਕਰਾ ਦਾਂਗੇ ਮੇਰਾ ਵੀਰ। ਹੁਣ ਤੱਕ ਦੇ ਮੈਚ ਉਹ ਵੀ ਹੋ ਜਾਣਾ ਜੇ ਟਾਈਆਂ ਕੱਢੀਆਂ ਹੁੰਦੀਆਂ। ਉਧਰ ਰਿੱਕੀ USA ਮੈਲ ਖੁਰਦ ਉਹ ਵੀ ਸਾਡਾ ਵੀਰ ਲਾਈ ਤੇ ਆ, ਜੇ ਨਵਾਬ ਅੱਜ ਬੈਸਟ ਰਹਿੰਦਾ ਨਵਾਬ ਬੈਸਟ ਬਣਦਾ ਹੈ ਤੇ ਨਵਾਬ ਦਾ ਸਨਮਾਨ ਜਿਹੜਾ 21,000 ਦੀ ਨਕਦ ਰਾਸ਼ੀ ਨਾਲ ਕੀਤਾ ਜਾਵੇਗਾ ਪਿੰਡ ਦੇ ਵੱਡੇ ਮੇਲੇ ਦੇ। ਨੱਥੂ ਵਾਲੀ ਆ ਤਰਸੇਮ ਪ੍ਰਧਾਨ ਬਾਈ ਗਰਾਊਂਡ ਨੰਬਰ 2 ਦੇ ਵਿੱਚ ਪਹੁੰਚੇ, ਪਾਣੀ ਦੀ ਲੋੜ ਆ ਬਾਈ ਇਧਰਲੇ ਪਾਸੇ ਦੀ, 3 ਜਿੱਤੇ ਆ ਗਿਆ ਪਾਣੀ ਵੀਰੇ ਚਾਹ, ਠੀਕ ਹੈ ਠੀਕ ਹੈ। ਲੈ ਵੀ ਆਓ ਮੇਰਾ ਵੀਰ ਬਣ ਕੇ, ਬੇਨਤੀ ਹੈ ਨੱਥੂ ਵਾਲੀ ਤਰਸੇਮ ਪ੍ਰਧਾਨ 2 ਨੰਬਰ ਗਰਾਊਂਡ 'ਚ ਪਹੁੰਚ ਜਾਵੇ ਵੀਰੇ, ਮੁੰਡਿਆਂ ਨੂੰ ਲੋੜ ਹੈ ਪਾਣੀ ਦੀ ਕਿਉਂਕਿ ਜ਼ੋਰ ਲੱਗ ਰਿਹਾ ਹੈ। ਆਓ ਭੱਜ ਕੇ ਮੇਰਾ ਵੀਰ ਬਣ ਕੇ, ਬੇਨਤੀ ਹੈ। ਲੈ ਵੀ 8-5 ਦੀ ਟੱਕਰ ਆ, ਸ਼ਹਿਬਾਜ਼ਪੁਰੀਆ ਤਿਆਰ ਬਰ ਤਿਆਰ ਹੈ, ਟਾਈਆਂ ਕੱਢ ਦਿਓ ਮੇਰਾ ਵੀਰ ਬਣ ਕੇ ਨੰਬਰਦਾਰ, ਆ ਜਾਓ ਮੈਚ ਕਰਵਾ ਦਈਏ ਆਪਾਂ। ਹੈਲੋ ਵੀਰੇ, ਇਹ ਦੋਵੇਂ ਟੀਮਾਂ ਨੂੰ 1 ਮਿੰਟ ਦਾ ਸਮਾਂ, ਜੇ ਤਾਂ ਤੁਸੀਂ ਖੇਡਣਾ ਖੇਡ ਲਓ, ਨਹੀਂ ਵੀਰੇ ਦੋਵੇਂ ਆਪਦੇ ਚੱਲ ਜਾਓ ਟੀਮਾਂ, ਸਾਡੀ ਹੱਥ ਬੰਨ ਕੇ ਬੇਨਤੀ ਹੈ, 1 ਮਿੰਟ ਦਾ ਸਮਾਂ ਤੁਹਾਡੇ ਕੋਲੇ, ਤਾਰੇ 1 ਮਿੰਟ ਆਈ ਉਰੇ ਭੱਜ ਕੇ ਮੇਰਾ ਵੀ ਸਟੇਜ ਤੇ, ਨਹੀਂ ਤੇ ਹੁਣ ਮੇਰਾ ਵੀਰੇ ਕਹਿੰਦੇ ਧੰਨਵਾਦ ਕਰ ਦੇਣੀ ਆ।
9 5 6 9 6 ਆ ਕਾਲੂ ਲੈ ਵੀ ਸਾਈਡਾਂ ਤਿੰਨ ਹੋ ਗਈਆਂ ਕਾਲੂ 9 5 ਆ ਸਕੋਰ ਬਾਈ 6 ਹੈ 9 ਤੇ 6 ਦੀ ਟੱਕਰ ਆ ਬਾਈ ਸਾਈਡਾਂ ਚੇਂਜ ਹੋ ਗਈਆਂ ਯਾਰ ਜੇ ਮੈਚ ਹੁਣ ਤੱਕ ਵਧੀਆ ਲੱਗਿਆ ਤੇ ਇੱਕ ਵਾਰੀ ਤਾੜੀ ਤਾਂ ਮਾਰ ਦੋ ਜ਼ੋਰਦਾਰ ਮੇਰਾ ਵੀਰ ਦੋਨੋਂ ਟੀਮਾਂ ਦੇ ਲਈ 9 ਨੰਬਰ ਯੂਪੀ ਸ਼ਾਸਤਰੀ ਤੇ 6 ਨੰਬਰ ਜਿਹੜੇ ਮਰਦੈਡੀ ਅੰਗਰੇਜ਼ ਦੀ ਟੀਮ ਦੇ ਜੀ ਨੰਬਰ ਦਾ ਟਾਂਗੇ ਕੱਢ ਦੋ ਫਿਰ ਠੀਕ ਆ ਠੀਕ ਆ ਮੇਰਾ ਵੀਰ ਉਹ ਮੈਚ ਦਾ ਫੈਸਲਾ ਕਰ ਲਈਏ ਜੀ ਜੋ ਵੀ ਆ ਨਵਾਬ ਦਾ ਹੇਅਰ ਕੱਟ ਕਰਾਓ ਪਹਿਲਾਂ ਤੂੰ ਜੇਤੂ ਰੱਖ ਲੈਣਾ ਫਿਰ ਹੋਰ ਕੀ ਹੈ ਹੇਅਰ ਕੱਟ ਠੀਕ ਹੈ ਜੀ ਬਾਈ ਦਿਓ ਜਾਓ ਮੇਰਾ ਵੀਰ ਖਾਲਸਾ ਜੀ ਜਾਓ ਮੇਰਾ ਵੀਰ ਖੇਡੋ ਮੇਰਾ ਵੀਰ ਹਿੰਮਤ ਦੇ ਨਾਲ ਹੇਅਰ ਤਾਂ ਹੈ ਹੀ ਨੀ ਇਹਦੇ ਹੁਣ ਕੱਟ ਕਿੱਥੋਂ ਹੋਵਾ ਵੀ ਯੁੱਧ ਵੀਰ ਹੋਵੇ ਸੋਹਣੇ ਵੀਰ ਭੱਜ ਗਿਆ ਖੇਡੋ ਮੇਰਾ ਵੀਰ ਮੈਚ ਹੁਣ ਤਾਂ ਨਾਈ ਨੂੰ ਘੰਟਾ ਖਰਾਬ ਹੋ ਗਿਆ ਬਾਈ ਕਹਿੰਦਾ ਨਾਈ ਨੂੰ ਨਵਾਬ ਕਹਿੰਦਾ ਬਾਈ ਸਾਈਡਾਂ ਸਾਈਡਾਂ ਕੱਟ ਦੇ ਨਾਈ ਹੱਸਣ ਲੱਗ ਗਿਆ ਕਹਿੰਦਾ ਯਾਰ ਸਾਈਡਾਂ ਤੇਰੇ ਹੈ ਹੀ ਨਹੀਂ ਬਾਈ ਜੀ ਟਾਈਆਂ ਕੱਢਣ ਲੱਗਿਆ ਵੀਰੇ ਅਸੀਂ ਕੁਆਟਰ ਫਾਈਨਲ ਮੈਚ ਆ ਰਹੀਆਂ ਜੇ ਕਿਸੇ ਨੇ ਵੇਖਣੇ ਤੇ ਆ ਰਹੋ ਮੇਰਾ ਵੀ ਸਟੇਜ ਤੇ ਟਾਈਆਂ ਵੇਖ ਲਓ ਵੀ ਆ ਕੇ ਮੇਰਾ ਵੀਰ ਸਟੇਜ ਤੇ ਜਿਹੜੇ ਵੀਰਾਂ ਨੇ ਟਾਈਆਂ ਵੇਖਣੀਆਂ ਨੇ ਮੈਚ ਤੋਂ ਬਾਅਦ ਦਿਖਾਉਣੇ ਆ ਵੀ ਤੇ ਲਓ ਵੀ ਕਿੰਨੇ ਕਿੰਨੇ ਹੋ ਗਏ ਨੰਬਰ ਕਾਲੂ ਇੱਕ ਵਾਰੀ ਦੱਸ ਮੇਰਾ ਵੀਰ ਬਹੁਤ ਤਕੜਾ ਮੈਚ ਖੇਡਿਆ ਜਾ ਰਿਹਾ ਹੈ ਖੇਡ ਦੇ ਮੈਦਾਨ ਦੇ ਵਿੱਚ 6 ਤੇ 9 6 ਕਿੱਧਰ ਆ ਵਾਹ ਦੀ ਵਾਹ ਯੂਪੀ ਦੀ ਟੀਮ ਦੇ 9 ਨੰਬਰ ਆ ਤੇ 6 ਨੰਬਰ ਆ ਜਿਹੜੇ ਅੰਗਰੇਜ਼ ਦੀ ਟੀਮ ਦੇ ਆ ਉਹ ਬਹੁਤ ਵਧੀਆ ਮੈਚ ਖੇਡਿਆ ਜਾ ਰਿਹਾ ਬਾਈ ਜੀ ਜੇ ਇੱਦਾਂ ਹੀ ਤੁਸੀਂ ਵੀਰੇ ਜਿੱਤਣਾ ਮੇਰਾ ਵੀਰ ਵੀਰ ਕਹਿੰਦੇ ਵੀ ਆਪਾਂ ਤੁਹਾਡਾ ਧੰਨਵਾਦ ਕਰ ਦੇਣਾ ਯਾਰ ਬਹੁਤ ਟਾਈਮ ਹੋ ਗਿਆ ਵੀਰੇ ਵੀਰ ਕਹਿੰਦੇ ਤੁਹਾਡੀਆਂ ਮਿੰਨਤਾਂ ਕਰਦਿਆਂ ਨੂੰ ਬਾਈ ਜੀ ਲਵੀ ਤਾਰੇ ਜਿਹੜੇ ਮੁੰਡੇ ਨੂੰ ਕਹਿੰਦੇ ਉਹਨੂੰ ਪਾ ਕੇ ਯਾਰ ਲਾ ਲਓ ਮੈਟ ਮੇਰਾ ਵੀਰ ਯਾਰ ਹੁਣ ਤੇ ਵੀਰੇ ਦੋਏ ਟੀਮਾਂ ਕੱਟਤੀਆਂ ਹੁਣ ਨੀ ਤੁਸੀਂ ਖੇਡੋਗੇ ਬਸ ਵੀਰੇ ਕੱਟਤੀਆਂ ਦੋਏ ਟੀਮਾਂ ਹੁਣ ਨੀ ਖੇਡੋਗੇ ਹੈਲੋ ਹੈਲੋ ਬਾਈ ਯਾਰ ਪ੍ਰਬੰਧਕੀ ਕਮੇਟੀ ਦਾ ਫੈਸਲਾ ਚੰਗਾ ਲੱਗਿਆ ਕਰੀ ਤਾੜੀ ਮਾਰੋ ਯਾਰ ਓਕੇ ਵੀਰ ਸੋਹਣੇ ਵੀਰ ਲੈ ਬਾਈ ਟਾਂਗਾ ਪਾਓ ਯਾਰ ਅਗਲੇ ਮੈਚਾਂ ਦੀਆਂ ਜੋਧਪੁਰੀਆ ਨਹੀਂ ਆਈ ਵੀਰੇ ਸੁਨੀਲ ਲੈ ਵੀ ਕੱਢ ਦੋ ਟਾਈਆਂ ਮੇਰਾ ਵੀਰ ਬਣ ਕੇ ਹੁਣ ਫਿਰ ਆਓ ਜੀ ਬਾਈ ਜੀ ਇੱਕ ਗੱਲ ਧਿਆਨ ਦੇ ਨਾਲ ਸੁਣ ਲਓ ਵੀਰੇ ਉਹ ਜਿਹੜਾ ਰੌਲਾ ਸੀ ਵੀਰੇ ਦੋਨੇ ਟੀਮਾਂ ਕੱਟੀਆਂ ਗਈਆਂ ਵੀਰੇ ਦੋ ਪ੍ਰਬੰਧਕਾਂ ਨੇ ਫੈਸਲਾ ਲਿਆ ਆਪਾਂ ਬੋਲਤਾ ਵੀਰੇ ਪਹਿਲਾਂ ਬਾਈ ਮਿਲੀ ਸੀ ਵੀਰੇ ਬਈਆਲ ਦੀ ਟੀਮ ਨੂੰ ਰਾਜਨ ਮਰਦੈੜੀ ਦੀ ਟੀਮ ਨੂੰ ਤੇ ਚੈਨਿਆਲ ਇਹ ਤਿੰਨ ਟੀਮਾਂ ਨੂੰ ਬਾਈ ਸੀ ਵੀਰੇ ਹੁਣ ਇੱਕ ਟੀਮ ਵੀਰੇ ਸਿੱਧੀ ਜਾਊਗੀ ਸੈਮੀ ਜਿਹੜੀਆਂ ਤਿੰਨ ਟੀਮਾਂ ਵੀਰੇ ਵਿੱਚ ਨੀ ਪਾਈਆਂ ਜਾਣੀਆਂ ਬਾਈ ਦੇ ਵਿੱਚ
ਇਹ ਟੀਮਾਂ ਵੀਰੇ ਤਿੰਨ ਟੀਮਾਂ ਨੇ, ਸੁਣ ਲਓ ਮੇਰਾ ਵੀਰ, ਇਹਨਾਂ ਦੀਆਂ ਪਰਚੀਆਂ ਬਾਈ ਵਾਲੀਆਂ ਪਰਚੀਆਂ ਦੇ ਵਿੱਚ ਨਹੀਂ ਪਾਈਆਂ ਜਾਣੀਆਂ। ਆ ਕੇ ਵੀਰੇ ਟਾਈਆਂ ਵੇਖ ਲਓ, ਆ ਦੋ ਮੇਰਾ ਵੀਰ ਸਟੇਜ ਤੇ ਆ ਦੋ ਜੀ। ਠੀਕ ਹੈ ਜੀ, ਲੈ ਵੀ ਪੁੱਛ ਕੇ ਦੱਸਿਆ ਕਿੰਨੇ ਕਿੰਨੇ ਨੰਬਰ ਹੋ ਗਏ, ਬਹੁਤ ਤਗੜਾ ਮੈਚ ਹੈ। ਲੈ ਵੀ ਕਿੰਨੇ ਕਿੰਨੇ ਹੋ ਗਏ ਸਕੋਰ, ਇੱਕ ਵਾਰੀ ਸਕੋਰ ਜ਼ਰੂਰ ਸਾਂਝੇ ਕਰ ਦਿਓ। ਕਾਲੂ ਜੀ ਬਹੁਤ ਟੌਪ ਦਾ ਮੁਕਾਬਲਾ ਖੇਡਿਆ ਜਾ ਰਿਹਾ, ਕਿੰਨੇ ਕਿੰਨੇ ਨੰਬਰ ਆ ਵੀਰੇ? ਕਾਲੂ ਕਿੰਨੇ ਕਿੰਨੇ? ਦਸ, ਇੱਧਰ ਛੇ ਹੈ। ਲੈ ਵੀ ਦਸ ਨੰਬਰ ਆ ਵੀਰੇ ਯੂਪੀ ਸ਼ਾਸਤਰੀ ਦੀ ਟੀਮ ਦੇ, ਤੇ ਛੇ ਨੰਬਰ ਬਾਈ ਜਿਹੜੇ ਉਹ ਮਰਦੈੜੀ ਦੀ ਟੀਮ ਦੇ ਆ। ਜੇ ਮੈਚ ਚੰਗਾ ਲੱਗ ਰਿਹਾ ਇੱਕ ਵਾਰੀ ਤਾੜੀ ਜ਼ਰੂਰ ਮਾਰ ਦੋ ਮੇਰਾ ਵੀਰ ਬਣ ਕੇ ਦੋਨੋਂ ਟੀਮਾਂ ਦੇ ਲਈ। ਜਿੰਦਰਾ ਮਰਦੈੜੀ ਇੱਥੋਂ ਦੂਰ ਨਹੀਂ, ਪਰ ਦੂਰ ਹੋ ਜੂਗੀ ਜਿਹੜੇ ਹਿਸਾਬ ਨਾਲ ਕੰਮ ਚੱਲੀ ਜਾਂਦਾ ਹੈ। ਨੰਬਰ ਗਿਆਰਵਾਂ ਉਹ ਜਿਹੜਾ ਯੂਪੀ ਸ਼ਾਸਤਰੀ ਦੀ ਟੀਮ ਦੇ ਖਾਤੇ ਵਿੱਚ ਜਾ ਜੁੜ ਗਿਆ ਹੈ। ਬਾਈ ਵੀ ਇੱਧਰ ਮੇਰਾ ਵੀਰ ਜੀ ਨੇ ਟਾਈਆਂ ਵੇਖਣੀਆਂ, ਜੋਗੀਆਲ ਦੀ ਟੀਮ ਦਾ ਖਿਡਾਰੀ ਆ ਗਿਆ ਵੀਰੇ, ਮਰਦੈੜੀ ਰਾਜਨ ਬਈਏਵਾਲ ਵੀਰੇ, ਚੈਨਲ ਰੈਸਰ ਜੋਗੀਵਾਲ ਆ ਰਹੇ ਮੇਰਾ ਵੀਰ, ਜਿਹਨਾਂ ਨੇ ਟਾਈਆਂ ਵੇਖਣੀਆਂ ਵੀਰੇ। ਸੱਤ ਟੀਮਾਂ ਆਪਣੇ ਕੋਲੇ ਵੀਰੇ, ਤੇ ਜਿਹੜੀਆਂ ਟੀਮਾਂ ਨੂੰ ਪਹਿਲਾਂ ਬਾਈ ਮਿਲ ਗਈ ਉਹਨਾਂ ਨੂੰ ਹੁਣ ਬਾਈ ਨਹੀਂ ਦਿੱਤੀ ਜਾਣੀ ਮੇਰਾ ਵੀਰ। ਤੇ ਆਪਾਂ ਜਿਹੜੀਆਂ ਟੀਮਾਂ ਵੀਰੇ ਉਹ ਜਿਹੜੀ ਦੋ ਨੰਬਰ ਗਰਾਊਂਡ ਦੇ ਵਿੱਚ ਖੇਡਦੀ ਆ, ਤੇ ਇੱਕ ਟੀਮ ਖੇਡੀ ਜਾਂਦੀ ਬਾਈ ਤਿੰਨ ਨੰਬਰ ਗਰਾਊਂਡ ਦੇ ਵਿੱਚ, ਤੇ ਨਾਲ ਵੀਰੇ ਜੋਗੀਵਾਲ ਦੀ ਟੀਮ ਤੇ ਰਾਜਸਰ, ਇਹਨਾਂ ਤੋਂ ਵੀਰੇ ਇੱਕ ਟੀਮ ਨੂੰ ਬਾਈ ਮਿਲਣੀ ਆ। ਅਸੀਂ ਚਾਰਾਂ ਤੇ ਇੱਕ ਪਰਚੀ ਟਕਾਵਾਂਗੇ। ਲੈ ਵੀ ਜੋਗੀ ਵਾਲੀ ਤੂੰ ਹੀ ਚੱਕਦੇ ਪਰਚੀ ਆ ਮੇਰਾ ਵੀਰ, ਆ ਪੱਟ ਗਏ, ਵੇਖੋ ਕਿਹਦੀ ਕਿਸਮਤ। ਲੈ ਵੀ ਚੱਕ ਲੈ, ਚੱਕ ਦੋ ਪਰਚੀ। ਰਾਜਸਰ ਦੀ ਟੀਮ ਬਾਈ ਦੀ ਸੈਮੀ ਦੇ ਵਿੱਚ ਪ੍ਰਵੇਸ਼ ਕਰ ਗਈ ਜੀ, ਰਾਜਸਰ ਦੀ ਟੀਮ ਬਾਈ ਦੀ ਉਹ ਸੈਮੀ ਦੇ ਵਿੱਚ ਚਲੇ ਗਈ। ਹੁਣ ਬਾਈ ਆ ਰਿਹਾ ਸੋਹਣੇ ਵੀਰ, ਮੈਚ ਵਾਲੀਆਂ ਪਰਚੀਆਂ ਵੀ ਚੱਕ ਰਿਹਾ ਹੁਣ। ਹਾਂ ਲਵ ਵੀ ਹੁਣ ਚੱਕਦੇ ਦੋ ਦੋ ਪਰਚੀਆਂ। ਲੈ ਵੀ ਮੇਰਾ ਵੀਰ ਬਣ ਕੇ ਜਾਂ ਗੁਰਲਾਲ ਭੱਜ ਗਏ ਵੀਰਾਂ ਦੀ ਗੱਲ ਸੁਣ ਕੇ ਆਓ ਜ਼ਰੂਰ। ਸ਼ਾਹਪੁਰ ਗਏ ਮੁੰਡੇ ਆਏ ਹੋਏ ਆ, ਰੌਣਕਾਂ ਗੁਆਂਢ ਪਿੰਡ ਚ ਲੱਗਣਗੀਆਂ। ਚਾਰ ਅਕਤੂਬਰ ਕਹਿੰਦੇ ਭੱਜੀ ਤੁਰੇ ਆਉਂਦੀ ਹੈ, ਔਰ ਇਧਰਲੇ ਪਾਸੇ ਰੈਸਰ ਵਾਲੇ ਮੁੰਡੇ ਸੈਮੀ ਚ ਹੈ। ਲੈ ਵੀ ਕੁਆਟਰ ਮੈਚ ਬੋਲ ਦੋ ਜੀ। ਹਾਂਜੀ ਮਾਰੀ ਬਾਅਦ ਮੇਰਾ ਵੀਰ ਜੋਗੀਵਾਲ ਤੇ ਮਰਦੈੜੀ ਰਾਜਨ ਦੀਆਂ ਟੀਮਾਂ ਬਾਈ ਜੀ, ਜੋਗੀਵਾਲਾ ਤੇ ਮਰਦੈੜੀ ਰਾਜਨ ਦੀਆਂ ਟੀਮਾਂ ਗਰਾਊਂਡ ਨੰਬਰ ਇੱਕ ਦੇ ਵਿੱਚ ਆਓ ਜੀ। ਜੋਗੀਵਾਲਾ ਤੇ ਮਰਦੈੜੀ ਰਾਜਨ, ਜੋਗੀਵਾਲਾ ਦੇ ਨਾਲ ਮੈਂ ਬੇਨਤੀ ਕਰਦਾ ਗਰਾਊਂਡ ਨੰਬਰ ਇੱਧਰ ਜਿਹੜਾ ਇੱਕ ਦੇ ਵਿੱਚ ਮੈਚ ਸ਼ੁਰੂ ਕਰਾਵਾਂਗੇ, ਮਰਦੈੜੀ ਰਾਜਨ ਤੇ ਜੋਗੀਵਾਲਾ। ਹਰਵਿੰਦਰ ਹੈਗਾ ਇੱਥੇ ਖੁੱਲੀ ਵਾਲੀਆ, ਆਓ ਮੇਰਾ ਵੀਰ ਬਣ ਕੇ ਹਰਵਿੰਦਰ ਆ ਕਰਾਈਏ ਮੈਚ ਮੇਰਾ ਵੀਰ, ਫੜੀ ਮੇਰਾ ਵੀਰ ਬਣ ਕੇ ਬਾਹਰ ਕਰਾ ਦਈਏ ਮੈਚ ਆਪਾਂ। ਔਰ ਇਧਰਲੇ ਪਾਸੇ ਵੀ ਸਰਵਜਨੀ ਖੇਲ ਟੀਮ ਹੋ ਗਈ ਹੈ, ਸਕੋਰ ਦੱਸੋ ਇੱਕ ਵਾਰੀ ਫਿਰ ਤੋਂ ਕਿੰਨੇ ਕਿੰਨੇ ਹੋ ਗਏ ਬਾਈ? ਚੌਦਾਂ ਛੇ, ਕਿਆ ਬਾਤ ਹੈ। ਲੈ ਵੀ ਆ ਗਏ ਬੰਦੇ ਜੋਗੀ ਵਾਲੀ ਬਾਈ, ਮਰਦੈੜੀ ਰਾਜਨ ਦੀ ਟੀਮ ਆ ਗਈ ਵੀਰੇ, ਰਾਜਨ ਬਹੁਤ ਬਹੁਤ ਧੰਨਵਾਦ। ਲੈ ਵੀ ਵੱਡਾ ਫਰਕ ਪੈ ਚੁੱਕਿਆ ਇਧਰਲੇ ਪਾਸੇ, ਆਓ ਬੱਲੇ ਬੱਲੇ ਹੋ ਗਿਆ ਜੋੜ ਕੇ ਆਪਣੀ ਟੀਮ ਦੇ ਲਈ। ਸੱਤ ਤੇ ਚੌਦਾਂ ਮਰਦੈੜੀ ਰਾਜਨ ਦੀ ਟੀਮ ਆ ਜੇ, ਹਾਂਜੀ
ਆ ਗਈ ਜੀ ਜੋਗੀ ਵਾਲਾ ਮੈਂ ਵੀ ਜੋਗੀ ਵਾਲੀਆਂ ਮੁੰਡੇ ਆਓ ਬਾਈ ਹੈਲੋ 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 ਲੈ ਬਈ ਬਾਈ ਇਧਰਲੇ ਪਾਸੇ ਇੱਕ ਗੱਲ ਹੋਰ ਆ ਇਧਰ ਧਿਆਨ ਮਾਰ ਲੋ ਵੀਰੇ ਮੈਚ ਇਧਰ ਵੀ ਚੱਲਣ ਲੱਗਿਆ ਮਰਵੈੜੀ ਰਾਜਨ ਤੇ ਜੋਗੀ ਵਾਲਾ ਦੋ ਨੰਬਰ ਗਰਾਊਂਡ ਦੇ ਤੇ ਯੂਪੀ ਸ਼ਾਸਤਰੀ ਤੇ ਮਰਵੈੜੀ ਅੰਗਰੇਜ਼ ਉਧਰ ਦਾਨਿਸ਼ ਖਜਨਾਵਰ ਦੀ ਟੀਮ ਦਾ ਮੈਚ ਚੱਲਦਾ ਮਰਵੈੜੀ ਮੀਰੀ ਦੀ ਟੀਮ ਦੇ ਨਾਲ ਯਾਰ ਤਿੰਨੇ ਗਰਾਊਂਡਾਂ ਦੇ ਵਿੱਚ ਹੀ ਮਰਵੈੜੀ ਵਾਲੇ ਮੁੰਡੇ ਖੇਡਦੇ ਆ ਇੱਕ ਵਾਰੀ ਮਰਦਾਰੀ ਪਿੰਡ ਲਈ ਤਾੜੀ ਮਾਰਦੇ ਯਾਰ ਜ਼ੋਰਦਾਰ ਕਿੰਨੇ ਖਿਡਾਰੀਆਂ ਨੂੰ ਜਨਮ ਦਿੱਤਾ ਮੁੰਡਿਆਂ ਨੇ ਰਾਵੀ ਤਲਵੰਡੀ ਵਾਲੇ ਪਿਛਲੇ ਸਾਲ ਵੀ ਹੋਇਆ ਸੀ ਇੱਥੇ ਹੀ ਜਦੋਂ ਇਹ ਮੇਲਾ ਆਇਆ ਤੇ ਤਿੰਨੇ ਗਰਾਊਂਡਾਂ ਦੇ ਵਿੱਚ ਮਰਵੈੜੀ ਵਾਲੇ ਮੁੰਡਿਆਂ ਦੇ ਮੈਚ ਚੱਲਦੇ ਸੀਗੇ ਆ ਸਾਲ ਵੀ ਮੁਹਾਰ ਗਾਣੇ ਪਿੰਡ ਦੇ ਕਹਿੰਦੇ ਉਹ ਨਵੇਂ ਖਿਡਾਰੀ ਹੋਰ ਉੱਠੇ ਦੇ ਮੁੰਡੇ ਤਗੜਾ ਖੇਡੀ ਤੁਰੇ ਆਉਂਦੇ ਇੱਧਰ ਜੋਂਟੀ ਸ਼ਹਿਬਾਜਪੁਰੀ ਸੱਤੇ ਦੇ ਹੱਥਾਂ ਦੇ ਬਾਹਰ ਲਾਉਂਦਾ ਤੇ ਜਾਂ ਫਿਰ ਸ਼ਾਸਤਰੀ ਦੇ ਤੇ ਸਾਡਾ ਵੀਰ ਸਾਹਿਲ ਕਹਿ ਰਿਹਾ ਇਧਰੇ ਪਾਸੇ ਵੀ ਆਪਾਂ ਰੁਪਈਆ 500 ਦੇਵਾਂਗੇ ਨਾਲ ਦੀ ਨਾਲ ਸਾਹਿਲ ਸ਼ਰਮਾ ਸਾਡਾ ਵੀਰ ਕਹਿੰਦਾ ਮਾਣ ਆਪਾਂ ਜਿਹੜਾ ਵੱਡੇ ਪੱਧਰ ਤੇ ਕਰ ਦਿਆਂਗੇ ਜ਼ਰੂਰ ਉਹ ਗੱਲਾਂ ਹੋਰ ਦੀਆਂ ਮੇਰੇ ਮਿੱਤਰੋ ਪਰ ਫਰਕ ਕਹਿੰਦੇ ਵੱਡਾ ਪੈ ਚੁੱਕਿਆ ਪੈਂਦਾ ਪੈਂਦਾ ਕਹਿੰਦੇ ਫਰਕ ਵੱਧ ਚੁੱਕਿਆ ਤੇ ਉਧਰਲੇ ਪਾਸੇ ਵੀ ਮੁੰਡੇ ਜਿੱਤ ਦੇ ਨੇੜੇ ਤੇੜੇ ਹੋਏ ਫਿਰਦੇ ਆ ਦਾਨਿਸ਼ ਖਜਨਾਵਰ ਦੀ ਟੀਮ ਦਾ ਮੈਚ ਮਰਦੈੜੀ ਮੀਰੀ ਦੀ ਟੀਮ ਦੇ ਨਾਲ ਬਹੁਤ ਤਕੜਾ ਖੇਡਿਆ ਜਾ ਰਿਹਾ ਹੈ ਇਧਰਲੇ ਪਾਸੇ ਵੀ ਹਰਵਿੰਦਰ ਫੜ ਬਾਲ ਮੇਰਾ ਵੀਰ ਹਰਵਿੰਦਰ ਫੜੀ ਬਾਲ ਹੈਲੋ ਇਧਰ ਭਰਾ ਸਾਡੇ ਗੁਰਦੀਪ ਆ ਭਰਾ ਸਾਡਾ ਸ਼ਾਹਪੁਰੀ ਆ ਉਹ ਵੀਰ ਕਹਿੰਦਾ ਵੀ ਜੇ ਜੋਟੀ ਸੱਤੇ ਦੇ ਹੱਥਾਂ ਤੇ ਜੇ ਸੱਤਾ ਜੋਟੀ ਦੇ ਹੱਥਾਂ ਤੇ ਬਾਲ ਖੜਾਉਂਦਾ ਤੇ ਆਪਾਂ ਰੁਪਈਆ ਜਿਹੜਾ ਉਹ ਮੇਰੇ ਮਿੱਤਰੋ 500 ਦੇ ਦਿਆਂਗੇ ਪਰ ਬੱਲੇ 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 ਤਾੜੀ ਤਾਂ ਮਾਰੋ ਯਾਰ ਇੱਕ ਵਾਰੀ ਆਓ ਵੇਖਣਾ ਜਾਂਦਾ ਗੁਰੂ ਨੇ ਕਮਾਲ ਕੀਤੀ ਪਈ ਆ ਆਓ ਕਹਿੰਦੇ ਕਮਾਲ ਹੋਈ ਪਈ ਆ ਉੜਦੀ ਏ ਧੂੜੀ ਯਾਰ ਉਹ ਸੋਧੀ ਅਸਮਾਨਾਂ ਨੂੰ ਕਿ ਰੱਬਾ ਤੂੰ ਬਚਾਈ ਨਸ਼ਿਆਂ ਤੋਂ ਇਹਨਾਂ ਸੋਹਣਿਆਂ ਜਵਾਨਾਂ ਨੂੰ ਲੱਗਦੀ ਜਵਾਨੀ ਚੰਗੀ ਹੱਸਦੀ ਤੇ ਖੇਡਦੀ ਨੰਬਰ ਬੁਢਾਪਾ ਜੇ ਕਰੇ ਤਾਂ ਇੱਜ਼ਤ ਤੱਕ ਕੁਵਾਰੀ ਜਿਹੜੀ ਡਰ ਰੱਖੇ ਮਾਪਿਆਂ ਦਾ ਸੂਰਮੇ ਦੀ ਸੋਭਾ ਜੇ ਮੈਦਾਨੇ ਜੰਗ ਲੜੇ ਤਾਂ ਬਾਈ ਜੀ ਯੂਪੀ ਵਾਲੇ ਮੁੰਡਿਆਂ ਦਾ ਨੰਬਰ ਜਿਹੜਾ ਉਹ ਲਾਸਟ ਆ ਗਿਆ ਬਾਈ ਇੱਕ ਵਾਰੀ ਤਾੜੀ ਮਾਰ ਦੋ ਜ਼ੋਰ ਦੇਣੇ ਪੈਣਗੇ ਚੈਣਿਆਂ ਵਾਲੀ ਟੀਮ ਦੇ ਖਿਡਾਰੀ ਨੇੜੇ ਆ ਜੋ ਜੀ ਚੈਣਿਆਂ ਨਾਲੀਆਂ ਨੂੰ ਮੈਚਾਂ ਦਾ ਹਾਂਜੀ ਆਓ ਮੇਰਾ ਵੀਰ ਪਾਣੀ ਪੂਣੀ ਪੀ ਕੇ ਤੇ ਮੈਚ ਆਪਾਂ ਨਾਲ ਦੀ ਨਾਲ ਹੀ ਸ਼ੁਰੂ ਕਰਵਾ ਦਿਆਂਗੇ ਬਾਈ ਆਓ ਜੀ ਨੰਬਰ ਇੱਕ ਬਾਕੀ ਹੈ ਇੱਕ ਪੁਆਇੰਟ ਦੀ ਖੇਡ ਬਾਕੀ ਰਹਿ ਚੁੱਕੀ ਹੈ ਦੇਖਦੇ ਵੀ ਕਿਹੜਾ ਖਿਡਾਰੀ ਜੋੜੇਗਾ ਨੰਬਰ ਹੁਣ ਸ਼ਹਿਬਾਜਪੁਰੀ ਆ ਸੱਤਾ ਫੇਟਾ ਪੂਰਾ ਵਾਲੀਬਾਲ ਦੀ ਦੁਨੀਆ ਦਾ ਹਰਵਿੰਦਰ ਬਹੁਤ ਸਮਾਂ ਹੋ ਗਿਆ ਯਾਰ ਬਾਈ ਮੈਚ ਨਹੀਂ ਚਲਾਇਆ ਇੱਧਰ ਕਰੋ ਯਾਰ ਮੈਚ ਲਾ ਵੀ ਜੋਗੀ ਵਾਲੀ ਕਰੋ ਮੈਚ ਸ਼ੁਰੂ ਮੇਰਾ ਵੀਰ ਬੰਦਾ ਨਾਲ ਹੀ ਤਿੰਨ ਦੀ ਜੇਤੂ ਵੀ ਗਰਾਊਂਡ ਤੇ ਵਿੱਚ ਹੀ ਰਵੇ ਉਹਦਾ ਮੈਚ ਬਈਏ ਵਾਲ ਨਾਮ ਨਾਲ ਨੰਬਰਦਾਰ ਹਾਂਜੀ ਗੋਡੇ ਗੁੱਲੀ ਤੇਰੇ ਬਈਏ ਵਾਲ ਦੀ ਟੀਮ ਦੇ ਖਿਡਾਰੀ ਵੀਰੇ ਤਿੰਨ ਨੰਬਰ ਗਰਾਊਂਡ ਦੇ ਨੇੜੇ ਆਓ ਜੀ ਬਈਏ ਵਾਲ ਨੇੜੇ ਆ ਜਾਓ ਮੇਰਾ ਵੀਰ ਬਣ ਕੇ ਬੇਨਤੀ ਆ ਵਾਹ ਬਈ ਵਾਲ ਆਓ ਲਵ ਖੁਸ਼ ਕਮਾਲ ਕਰ ਗਿਆ ਵੀ ਮੈਚ ਸਮਾਪਤਾ ਤਾੜੀ ਮਾਰਦਾ ਯਾਰ ਜ਼ੋਰਦਾਰ ਯੂਪੀ ਵਾਲੇ ਮੁੰਡਿਆਂ ਦੇ ਲਈ ਮੁੰਡਿਆਂ ਨੇ ਕਹਿੰਦੇ ਕਮਾਲ ਕਰ ਦਿੱਤੀ ਹੈ ਲੈ ਵੀ ਪਾਣੀ ਮੇਰਾ ਵੀਰ ਬਣ ਕੇ ਜੇ ਗਰਾਊਂਡ ਦੇ ਵਿੱਚ ਹੀ ਰਹਿੰਦੇ ਬਹੁਤ ਵਧੀਆ ਗੱਲ ਆ ਕਲਾਕਾਰ ਜਗਿੰਦਰ ਬਾਈ ਜੀ ਮੇਰਾ ਵੀਰ ਬਣ ਕੇ ਰੁਕ ਜਾਓ ਇੱਥੇ ਆਓ ਬਾਈ ਜੀ ਚੈਣਿਆਂ ਦੀ ਟੀਮ ਦੇ ਖਿਡਾਰੀ ਦੋ ਨੰਬਰ ਗਰਾਊਂਡ ਦੇ ਵਿੱਚ ਸੱਤੇ ਬਾਈ ਮੈਂ ਬੇਨਤੀ ਕਰਦਾ ਮੇਰਾ ਵੀਰ ਬਣ ਕੇ ਪਾਣੀ ਪੂਣੀ ਪੀ ਕੇ ਤੇ ਨਾਲ ਦੀ ਨਾਲ ਹੀ ਆਪਾਂ ਗਰਾਊਂਡ ਵਾਪਸੀ ਕਰਾਂਗੇ ਹਰ ਕਿਉਂਕਿ ਮੈਚ ਆਪਣੇ ਕੋਲ ਹੋਰ ਕੋਈ ਨਹੀਂ ਹੈਗਾ
ਇਧਰਲੇ ਪਾਸੇ ਵੀਰੇ ਮੁਕਾਬਲਾ ਆ ਵੀ ਕਹਿੰਦੇ ਟਾਪ ਦਾ ਖੇਡਿਆ ਜਾਊਗਾ ਗੋਡੇ ਜੋਗੀ ਵਾਲੀ ਇਹਦੀ ਫੇਟਾ।